ਐਨਆਰਆਈ ਟੀਵੀ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਇਹ ਘਟਨਾ ਬੀਤੀ ਰਾਤ ਦੀ ਹੈ। ਸਥਾਨੀ ਟਾਲੀਵਾਲਾ ਬਾਜ਼ਾਰ ਵਿੱਚ ਸੁਨਿਆਰੀ ਦੀ ਦੁਕਾਨ ਤੇ ਕੰਮ ਕਰਨ ਵਾਲੇ ਅਮਨਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਆਪਣੀ ਦੁਕਾਨ ਤੇ ਕੰਮ ਕਰ ਰਹੇ ਸਨ। ਇਸ ਦੇ ਵਿੱਚ ਸਤਨਾਮ ਸਿੰਘ ਨਾਮ ਦਾ ਯੁਵਕ ਉਸਦੀ ਦੁਕਾਨ ਤੇ ਆਇਆ ਤੇ ਕੁਝ ਗਹਿਣਿਆਂ ਦੀ ਮੰਗ ਕਰਨ ਲੱਗ ਪਿਆ। ਗਹਿਣੇ ਦਿਖਾਉਣ ਦੇ ਸਮੇਂ ਦੁਕਾਨਦਾਰ ਤੇ ਸਤਨਾਮ ਦੀ ਬਹਿਸ ਹੋ ਗਈ। ਅਮਨਦੀਪ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਨੇ ਉਸਨੂੰ ਜਾਨ ਨਾਲ ਮਾਰਨ ਦੀ ਧਮਕੀ ਦਿੱਤੀ ਹੈ ਤੇ ਉਸਦਾ ਕਾਲਰ ਫੜ ਲਿਆ। ਜਦ ਉਸਨੇ ਵਿਰੋਧ ਕੀਤਾ ਤਾਂ ਆਰੋਪੀ ਨੇ ਆਪਣੀ ਜੇਬ ਵਿੱਚੋਂ ਪਿਸਤੌਲ ਕੱਢ ਕੇ ਇੱਕ ਹਵਾਈ ਫਾਇਰ ਕੀਤਾ। ਅਮਨਦੀਪ ਨੇ ਦੱਸਿਆ ਕਿ ਉਹ ਕਿਸੇ ਵੀ ਤਰ੍ਹਾਂ ਦੁਕਾਨ ਤੋਂ ਬਾਹਰ ਨਿਕਲਿਆ ਤੇ ਉੱਥੋਂ ਇੱਕ ਇੱਟ ਚੁੱਕ ਕੇ ਉਸਦੀ ਤਰਫ ਸੁੱਟਣ ਲੱਗ ਗਿਆ। ਅਮਨਦੀਪ ਦੇ ਮੁਤਾਬਿਕ ਸਤਨਾਮ ਸਿੰਘ ਨੇ ਉਸ ਤੇ ਫਾਇਰ ਕਰਨ ਤੋਂ ਬਾਅਦ 5 ਫਾਇਰ ਸਿੱਧੇ ਕਰਤੇ। ਉਸਨੇ ਕਿਸੇ ਤਰ੍ਹਾਂ ਨਾਲ ਆਪਣੀ ਜਾਨ ਬਚਾਈ। ਸ਼ੋਰ ਮਚਾ ਕੇ ਲੋਕਾਂ ਨੂੰ ਇਕੱਠਾ ਕੀਤਾ। ਉਹ ਇੱਕ ਪੱਤਰੀ ਉਹਨੇ ਕਢਾ ਲਈ, ਦੂਜੀ ਪੱਤਰੀ ਹਲੇ ਨਹੀਂ ਨਿਕਲਦੀ ਪਈ, ਤਪਾਉਣੀ ਸੀ, ਗਰਮ ਕਰਨੀ ਸੀ ਉਹਨੂੰ, ਤਪਾਉਣ ਨਹੀਂ ਦੇਣ ਦਿਆ। ਮੈਂ ਕਿਹਾ ਚੱਲ ਕਰਦਾ ਗੱਲ, ਮੈਂ ਦੁਕਾਨ ਤੋਂ ਬਾਹਰ ਆਇਆ, ਉਹਨੂੰ ਇੰਨੀ ਗੱਲ ਸਮਝਾਈ, ਮੈਂ ਕਿਹਾ ਵੀਰ ਤਪਾ ਲੈਂਦੇ ਤੇ ਇੰਨੀ ਗੱਲ 'ਚ ਉਹ ਗਰਮਾ ਗਰਮੀ ਹੋ ਗਿਆ ਤੇ ਆਪਣੇ ਭਰਾਵਾਂ ਨੂੰ ਉਹਨੇ ਲੈ ਆਂਦਾ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਸਤਨਾਮ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਥਾਣਾ ਪ੍ਰਭਾਰੀ ਸੁਖਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਹੋ ਰਹੀ ਹੈ। 4-5 ਫਾਇਰਾਂ ਦੇ ਸੁਣਿਆ ਇੱਥੇ, ਬਾਕੀ ਹੁਣ ਆਏ ਆ ਮੌਕੇ ਤੇ, ਦੇਖ ਦੇਖੋ ਜੀ, ਮੈਟਰ ਇਨਵੈਸਟੀਗੇਸ਼ਨ ਆ, ਜੇ ਪਤਾ ਲੱਗੂਗਾ ਸਾਰਾ ਬਿਆਨ ਕਲਮਬੰਦ ਕਰਦੇ ਫਿਰ ਕੀ ਹੋਊਗਾ। ਬਿਊਰੋ ਰਿਪੋਰਟ, ਦੀ ਐਨਆਰਆਈ ਟੀਵੀ।